ਹਾਂਜੀ ਪਿਆਰੇ ਵਿਦਿਆਰਥੀਓ ਮੈਂ ਗੁਰਲਾਲ ਸਿੰਘ ਲੈਕਚਰਰ ਫਿਜ਼ਿਕਸ گورਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਲੂਖਰਾਨਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਾਂ ਜਿਵੇਂ ਕਿ ਵਿਦਿਆਰਥੀ ਤੁਸੀਂ ਜਾਣਦੇ ਹੋ ਕਿ ਡਾਕਟਰ ਅੰਬੇਦਕਰ ਜਿਹੜਾ ਹੈ ਪੋਰਟਲ ਦੇ ਉੱਪਰ ਪੰਜਾਬ ਗੌਰਨਮੈਂਟ ਵੱਲੋਂ ਐਸਸੀ ਬੀਸੀ ਸਕਾਲਰਸ਼ਿਪ ਹੈ ਜਿਹੜਾ ਉਸ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਅੱਜ ਮੈਂ ਗੱਲ ਕਰਾਂਗਾ ਤੁਹਾਡੇ ਕੋਲ ਸਾਰੇ ਪ੍ਰੋਸੈਸ ਦੀ ਕੀ ਪ੍ਰੋਸੈਸ ਕੀ ਹੈ ਤੁਸੀਂ ਕਿਸ ਤਰ੍ਹਾਂ ਪਹਿਲੇ ਰਜਿਸਟਰਡ ਕਰਨਾ ਹੈ ਆਪਣੇ ਆਪ ਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਪਣੀ ਪੂਰੀ ਡਿਟੇਲ ਕਿਸ ਤਰ੍ਹਾਂ ਭਰਨੀ ਹੈ ਉਸ ਐਪਲੀਕੇਸ਼ਨ ਦੇ ਵਿੱਚ ਤਾਂ ਸਟੈਪ ਬਾਈ ਸਟੈਪ ਤੁਸੀਂ ਸਾਰਿਆਂ ਨੇ ਦੇਖਦੇ ਜਾਣਾ ਤਾਂ ਨਾਲ ਹੀ ਤੁਹਾਨੂੰ ਮੈਂ ਕਹਿਣਾ ਚਾਹਾਂਗਾ ਮੈਂ ਹਮੇਸ਼ਾ ਸਟੂਡੈਂਟਸ ਲਈ ਟੀਚਰਸ ਦੇ ਲਈ ਵੀਡੀਓ ਜਿਹੜੀਆਂ ਉਹ ਹੈਲਪ ਦੇ ਲਈ ਬਣਾਉਂਦਾ ਰਹਿਣਾ ਹੈ ਤੁਸੀਂ ਖੁਦ ਵੀ ਇਹਦਾ ਫਾਇਦਾ ਤਾਂ ਹੀ ਹੈ ਮੇਰੇ ਬਣਾਉਣ ਦਾ ਕਿ ਤੁਸੀਂ ਇਸ ਨੂੰ ਮੈਕਸਿਮਮ ਸਟੂਡੈਂਟਸ ਤੱਕ ਤੇ ਮੈਕਸਿਮਮ ਟੀਚਰਸ ਤੱਕ ਇਹਨੂੰ ਤੁਸੀਂ ਪਹੁੰਚਾਓ ਇਹ ਤੁਹਾਡਾ ਵੀ ਇਹਦੇ ਵਿੱਚ ਬਹੁਤ ਅੱਛਾ ਯੋਗਦਾਨ ਹੋ ਸਕਦਾ ਹੈ ਕਿਉਂਕਿ ਇਹ ਸਾਰਿਆਂ ਲਈ ਹੈਲਪਫੁਲ ਹੈਗੀ ਹੈ ਮੇਰਾ ਕਿਸੇ ਵੀ ਕਿਸਮ ਦਾ ਕੋਈ ਲਾਲਚ ਨਹੀਂ ਹੈ ਮੈਂ ਜਸਟ ਸਾਰਿਆਂ ਦੀ ਹੈਲਪ ਦੇ ਵਾਸਤੇ ਹਮੇਸ਼ਾ ਵੀਡੀਓਜ਼ ਪਹਿਲੇ ਵੀ ਤਿਆਰ ਕੀਤੀਆਂ ਤੇ ਹਮੇਸ਼ਾ ਕਰਦਾ ਰਹਾਂਗਾ ਤਾਂ ਤੁਸੀਂ ਵੀ ਉਹਨਾਂ ਵੀਡੀਓਜ਼ ਨੂੰ ਬੜਾ ਪਿਆਰ ਦਿੱਤਾ ਹਮੇਸ਼ਾ ਹੀ ਉਹਨਾਂ ਨੂੰ ਯੂਜ਼ ਵੀ ਕੀਤਾ ਉਹਨਾਂ ਤੋਂ ਹੈਲਪ ਵੀ ਲਈ ਹੈ ਤੇ ਮੈਂ ਉਮੀਦ ਕਰਦਾ ਹਾਂ ਇਸ ਵੀਡੀਓ ਤੋਂ ਵੀ ਤੁਸੀਂ ਜ਼ਰੂਰ ਹੈਲਪ ਲਓਗੇ ਤੇ ਆਪਣਾ ਸਕਾਲਰਸ਼ਿਪ ਹੈ ਜਿਹੜਾ ਤੁਸੀਂ ਖੁਦ ਹੀ ਅਪਲਾਈ ਕਰਨ ਦੇ ਯੋਗ ਬਣ ਸਕਦੇ ਹੋ ਨਹੀਂ ਤਾਂ ਟੀਚਰ ਜਿਹੜੇ ਹੈ ਉਹ ਧਿਆਨ ਨਾਲ ਇਸ ਨੂੰ ਪ੍ਰੋਸੈਸ ਨੂੰ ਜ਼ਰੂਰ ਦੇਖਣ ਤੇ ਆਪਣੇ ਵਿਦਿਆਰਥੀਆਂ ਨਾਲ ਇਸ ਪ੍ਰੋਸੈਸ ਨੂੰ ਵੱਤਬਦ ਸ਼ੇਅਰ ਕਰਨ ਤਾਂ ਇਸ ਲਿੰਕ ਨੂੰ YouTube ਲਿੰਕ ਹੈ ਮੇਰਾ ਇਹ ਇਸ YouTube ਲਿੰਕ ਨੂੰ ਮੈਕਸਿਮ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਕਿਉਂਕਿ ਐਂਡ ਟਾਈਮ ਟੂ ਟਾਈਮ ਤੁਹਾਡੇ ਕੋਲ ਨੋਟੀਫਿਕੇਸ਼ਨ ਫਿਰ ਆਉਂਦੀਆਂ ਰਹਿੰਦੀਆਂ ਜਿਹੜੀ ਮੈਂ ਵੀਡੀਓ ਵੀ ਬਣਾਣਾ ਤੁਹਾਡੇ ਲਈ ਜਾਂ ਸੁਸਾਇਟੀ ਦੇ ਲਈ ਤਾਂ ਇਸ ਨੂੰ ਸ਼ੇਅਰ ਵੀ ਜ਼ਰੂਰ ਕਰੋ ਅੱਗੇ ਇਸ ਲਿੰਕ ਨੂੰ ਤਮਾਮ ਇਹ ਕਰਦਾ ਤੁਸੀਂ ਸਾਰੇ ਇਸ ਪ੍ਰੋਸੈਸ ਨੂੰ ਧਿਆਨ ਨਾਲ ਦੇਖੋਗੇ ਜਿਆਦਾ ਸਮਾਂ ਨਹੀਂ ਲੈਂਦਾ ਹੁਣ ਮੈਂ ਹੁਣ ਆਪਾਂ ਇਸ ਪ੍ਰੋਸੈਸ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਤੁਸੀਂ ਕੰਮ ਕੀ ਕਰਨਾ ਹੈਗਾ ਸਭ ਤੋਂ ਪਹਿਲੇ ਤੁਸੀਂ Google Chrome ਜਾਂ ਜਿਸ ਵੀ ਤੁਸੀਂ ਬ੍ਰਾਊਜ਼ਰ ਦੇ ਵਿੱਚ UC ਬ੍ਰਾਊਜ਼ਰ ਹੈ ਜਿਹੜਾ ਕੋਈ ਵੀ ਬ੍ਰਾਊਜ਼ਰ ਜਿਹੜਾ ਤੁਸੀਂ ਯੂਜ਼ ਕਰਦੇ ਹੋ ਉਹਨੂੰ ਖੋਲ ਲੈਣਾ ਉਹਦੇ ਹੋਮ ਪੇਜ ਤੇ ਆਜੋ ਹੋਮ ਪੇਜ ਨਹੀਂ ਹੈ ਇੰਨੀ ਇੱਕ ਗੱਲ ਅੰਡਰਸਟੂਡ ਹੈ ਵੀ ਐਡਰੈਸ ਜਿੱਥੇ ਬਾਹਰ ਹੁੰਦਾ URL ਆਪਾਂ ਭਰਨਾ ਹੁੰਦਾ ਉਸ ਐਡਰੈਸ ਤੇ ਆਜੋ ਤੁਸੀਂ ਤਾਂ ਸਿੱਧਾ ਵੀ www ਤੋਂ ਵੀ ਸ਼ੁਰੂ ਕਰ ਸਕਦੇ ਹੋ ਲੇਕਿਨ ਆਪਾਂ ਸਕਾਲਰਸ਼ਿਪ ਤੋਂ ਮੈਂ ਸ਼ੁਰੂ ਕਰਦਾ ਹਾਂ s c h o l a r scholarships scholarship.punjabpujab.gov.in ਤੁਸੀਂ ਇਹ ਜਿਹੜਾ ਹੈਗਾ ਧਿਆਨ ਨਾਲ ਐਡਰੈਸ ਦੇਖ ਲਓ ਐਡਰੈਸ ਤੁਸੀਂ ਭਰਦਿਨੇ ਆ ਬਾਕੀ www ਤੇ http ਆਪੇ ਹੀ ਕਈ ਵਾਰੀ ਲੱਗ ਜਾਂਦਾ ਅੱਗੇ ਲੱਗ ਹੀ ਜਾਏਗਾ ਜਦੋਂ ਤੁਸੀਂ ਇਹਨੂੰ ਕਲਿੱਕ ਕਰੋਗੇ ਤਾਂ ਥੱਲੇ ਮੇਰੇ ਕੋਲ ਸ਼ੋ ਵੀ ਹੋਇਆ ਅਦਰਵਾਈਜ਼ ਤੁਸੀਂ ਥੱਲੇ ਬਿਲਕੁਲ ਤੁਹਾਡੇ ਕੀਬੋਰਡ ਕੀਪੈਡ ਹੈਗਾ ਜਿਹੜਾ ਉਹਦੇ ਥੱਲੇ ਹੀ ਅੱਗੇ ਫਾਰਵਰਡ ਹੋਣ ਦਾ ਤੁਹਾਡੇ ਕੋਲ ਐਡਰੈਸ ਲਿੰਕ ਦਿੱਤਾ ਹੋਇਆ ਐਰੋ ਦਿੱਤੀ ਹੋਈ ਹੈ ਤੁਸੀਂ ਉਹਦੇ ਤੇ ਕਲਿੱਕ ਕਰ ਦੇਣਾ ਤੁਸੀਂ ਦੇਖੋ ਇਹ ਤੁਹਾਡੇ ਕੋਲ ਲਿੰਕ ਹੈ ਜਿਹੜਾ ਉਹ ਖੁੱਲ ਚੁੱਕਿਆ ਹੈ ਇਸ ਲਿੰਕ ਦੇ ਵਿੱਚ ਤੁਸੀਂ ਧਿਆਨ ਦੇਣਾ ਇਸ ਨੀਤੇ ਜਾ ਕੇ ਤੁਹਾਡੇ ਕੋਲ ਦੇਖ ਰਹੇ ਹੋ ਤੁਸੀਂ ਇੱਥੇ ਲਿਖਿਆ ਹੈ ਸਟੂਡੈਂਟ ਰਜਿਸਟ੍ਰੇਸ਼ਨ ਤੇ ਉਸ ਤੋਂ ਬਾਅਦ ਹੈ ਲੌਗਇਨ ਲੌਗਇਨ ਜਿਹੜਾ ਹੈਗਾ ਫਾਰ ਦਾ ਟਾਈਮ ਬੀਇੰਗ ਇੰਸਟੀਚਿਊਟ ਹੈ ਜਿਹੜਾ ਇੱਥੇ ਜਾ ਕੇ ਇੰਸਟੀਚਿਊਟ ਕੋਲ ਆਪਦਾ ਯੂਜ਼ਰ ਆਈਡੀ ਤੇ ਪਾਸਵਰਡ ਹੋਏਗਾ ਉਹ ਕਰ ਸਕਦਾ ਲੇਕਿਨ ਇਹ ਵੀਡੀਓ ਮੈਂ ਸਿਰਫ ਇੱਕ ਵਾਰੀ ਸਟੂਡੈਂਟਸ ਲਈ ਬਣਾ ਰਿਹਾ ਤਾਂ ਜਿਹੜਾ ਸਕੂਲ ਦਾ ਨੋਡਲ ਅਫੀਸਰ ਹੈਗਾ ਉਹਦੀ ਹੈਲਪ ਲਈ ਵੀ ਮੈਂ ਆਉਣ ਵਾਲੇ ਇੱਕ ਦੇ ਦਿਨ ਦੇ ਵਿੱਚ ਵੀਡੀਓ ਬਣਾਵਾਂਗਾ ਇੱਕ ਮੈਂ ਹੋਰ ਦੱਸਦਾ ਇਹ ਵੀਡੀਓ ਮੈਂ ਜਿਹੜੀ ਫਾਰ ਦਾ ਟਾਈਮਿੰਗ ਇੱਕ ਵਾਰੀ ਨਿਊ ਰਜਿਸਟ੍ਰੇਸ਼ਨ ਹੈ ਜਿਹੜੇ ਸਟੂਡੈਂਟਸ ਦੀ ਜਿਨ੍ਹਾਂ ਨੇ ਖਾਸ ਕਰਕੇ 11ਵਾਂ ਦੇ ਵਿੱਚ ਜਿਹੜੇ ਹੈਗੇ ਐਸਸੀ ਬੀਸੀ ਸਟੂਡੈਂਟ ਇਹ ਵੀਡੀਓ ਇੱਕ ਵਾਰੀ ਸਪੈਸ਼ਲੀ ਸਮਝ ਲੋ ਉਹਨਾਂ ਲਈ ਹੋਏਗੀ ਲੇਕਿਨ ਹੈਲਪਫੁਲ ਜਿਹੜੇ ਪਲੱਸ 2 ਦੇ ਬੱਚੇ ਉਹਨਾਂ ਨੂੰ ਵੀ ਇਹ ਹੈਲਪ ਕਰੇਗੀ ਲੇਕਿਨ ਉਹਨਾਂ ਲਈ ਵੀਡੀਓ ਜਿਹੜੀ ਮੈਂ ਇੱਕ ਸੈਕੰਡ ਪਾਰਟ ਜਿਹੜਾ ਉਹਦਾ ਬਣਾਉਂਗਾ ਜਿੰਦੇ ਚ ਰੀਨਿਊਅਲ ਜਿਹੜੇ ਸਟੂਡੈਂਟ ਹੈ ਉਹ ਅਪਲਾਈ ਕਰ ਸਕਦੇ ਹੋਣਗੇ ਹਾਂ ਲੇਕਿਨ ਫਾਰ ਦਾ ਟਾਈਮਿੰਗ ਇੱਕ ਮੈਂ ਜਿਹੜਾ ਪਲੱਸ 1 ਦੇ ਸਟੂਡੈਂਟ ਹੈ ਜਿਹੜੇ 11ਵਾਂ ਦੇ ਸਟੂਡੈਂਟ ਹੈ ਉਹਨਾਂ ਲਈ ਇਹ ਜ਼ਿਆਦਾ ਹੈਲਪਫੁਲ ਹੋਏਗੀ ਇਹਦਾ ਮਤਲਬ ਇਹ ਨਹੀਂ ਕਿ ਪਲੱਸ 2 ਵਾਲਿਆਂ ਵਾਸਤੇ ਨਹੀਂ ਹੈ ਪਲੱਸ 2 ਵਾਲੇ ਜਿਹੜੇ ਪਿਛਲੀ ਵਾਰੀ ਨਹੀਂ ਰਜਿਸਟ੍ਰੇਸ਼ਨ ਜਿਹੜੇ ਕਰਾ ਸਕੇ ਜਿਨਨੇ ਪਹਿਲੀ ਵਾਰੀ ਰਜਿਸਟ੍ਰੇਸ਼ਨ ਕਰਾਉਣੀ ਹੈ ਪਹਿਲੀ ਵਾਰੀ ਅਪਲਾਈ ਕਰਨ ਜਾ ਰਹੇ ਸਟੂਡੈਂਟ ਉਹ 1 ਦੇ ਵੀ ਹੋ ਸਕਦੇ ਹੋ 2 ਦੇ ਵੀ ਹੋ ਸਕਦੇ ਆ ਉਹ ਆਪਦੀ ਰਜਿਸਟ੍ਰੇਸ਼ਨ ਜ਼ਰੂਰ ਕਰਾਉਣਗੇ ਇੱਥੇ ਸੋ ਸਟੂਡੈਂਟ ਰਜਿਸਟ੍ਰੇਸ਼ਨ ਤੇ ਤੁਸੀਂ ਕਲਿੱਕ ਕਰਨਾ ਹੈ ਤੁਸੀਂ ਦੇਖ ਰਹੇ ਹੋ ਉੱਪਰ ਲਿਖਿਆ ਸਟੂਡੈਂਟ ਰਜਿਸਟ੍ਰੇਸ਼ਨ ਜਦੋਂ ਤੁਸੀਂ ਸਟੂਡੈਂਟ ਰਜਿਸਟ੍ਰੇਸ਼ਨ ਤੇ ਕਲਿੱਕ ਕਰੋਗੇ ਕਈ ਵਾਰੀ ਵੈਬਸਾਈਟ ਹੈ ਜਿਹੜੀ ਉਹ ਉਸ ਤਰ੍ਹਾਂ ਨਹੀਂ ਓਪਨ ਹੁੰਦੀ ਆਪਣੇ ਜਿਵੇਂ ਮੈਂ ਕਲਿੱਕ ਕੀਤਾ ਨਹੀਂ ਹੋਇਆ ਲੇਕਿਨ ਹੁਣ ਜਿਹੜੀ ਪ੍ਰੋਸੈਸਿੰਗ ਚੱਲਦੀ ਪਈ ਹੈ ਹੁਣ ਜਿਹੜਾ ਪੇਜ ਹੈ ਉਹ ਖੁੱਲਣ ਖੁੱਲਦਾ ਪਿਆ ਜਿ ਦੇਖੋ ਹੁਣ ਤੁਹਾਡੇ ਸਾਹਮਣੇ ਇੱਕ ਪੇਜ ਖੁੱਲ ਚੁੱਕਿਆ ਮੈਂ ਹੁਣ ਇਹਦੇ ਤੇ ਇੱਕ ਫੇਕ ਜਿਹੜਾ ਹੈ ਡਾਟਾ ਭਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਆਧਾਰ ਨੰਬਰ ਤਾਂ ਮੈਨੂੰ ਸਹੀ ਭਰਨਾ ਪੈਣਾ ਤੇ ਆਧਾਰ ਨੰਬਰ ਸਹੀ ਭਰਾਂਗਾ ਤਾਂ ਹੀ ਇਹ ਜਿਹੜਾ ਹੈਗਾ ਅੱਗੇ ਪ੍ਰोसीडिंग ਹੋਏਗੀ ਨਹੀਂ ਤਾਂ ਮੇਰੀ ਵੀਡੀਓ ਧੂਰੀ ਰਹਿ ਜਾਏਗੀ ਲੇਕਿਨ ਮੈਂ ਕੁਝ ਡਾਟਾ ਜਿਹੜਾ ਉਹ ਯੂਜ਼ ਕਰਾਂਗਾ ਚਾਹੇ ਮੈਂ ਆਪਣੇ ਪਰਿਵਾਰ ਦਾ ਕਰਾਂ ਕਿਸੇ ਦਾ ਵੀ ਕਰਾਂ ਲੇਕਿਨ ਮੈਂ ਇੱਕ ਵਾਰੀ ਡਾਟਾ ਜਿਹੜਾ ਜ਼ਰੂਰ ਕਿਸੇ ਮੈਂਬਰ ਦਾ ਕਰਾਂ ਜਾਂ ਕਿਸੇ ਵੀ ਆਪਣੇ ਏਰੀਏ ਦੇ ਕਿਸੇ ਸਟੂਡੈਂਟ ਦਾ ਕਰਾਂ ਉਹ ਤੁਹਾਡੇ ਲਈ ਹੈਲਪਫੁਲ ਤਾਂ ਹੀ ਹੋ ਸਕੇਗਾ ਆਦਰਵਾਇਜ਼ ਇਸ ਇਹ ਵੀਡੀਓ ਬਣ ਨਹੀਂ ਸਕਦੀ ਇਸ ਕਰਕੇ ਇਹਦੇ ਲਈ ਮੈਂ ਜ਼ਰੂਰ ਸ਼ੁਰੂ ਚ ਹੀ ਕਹਿਣਾ ਚਾਹਾਂਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸੀਕ੍ਰੈਸੀ ਵਾਲੀਆਂ ਹੈਗੀਆਂ ਬਟ ਇਸ ਵੀਡੀਓ ਨੂੰ ਤਿਆਰ ਕਰਨ ਦੇ ਲਈ ਮੈਂ ਚਾਹੇ ਡਾਟਾ ਕਰਾ ਉਹ ਡਾਟਾ ਕਿਸ ਦਾ ਹੈ ਕਿਸ ਤਰ੍ਹਾਂ ਹੈ ਉਹ ਇੱਥੇ ਅਗਰ ਹਾਈਲਾਈਟ ਹੁੰਦਾ ਵੀ ਹੈ ਤਾਂ ਉਹ ਕਿਸੇ ਫੈਮਿਲੀ ਮੈਂਬਰ ਦਾ ਮੇਰੇ ਦਾ ਹੋ ਸਕਦਾ ਜਾਂ ਮੇਰਾ ਖੁਦ ਦਾ ਹੋ ਸਕਦਾ ਕਿਸੇ ਦਾ ਵੀ ਹੋ ਸਕਦਾ ਪਰ ਮੈਨੂੰ ਉਹ ਯੂਜ਼ ਕਰਨਾ ਪਏਗਾ ਫਾਰ एग्जांपल ਮੈਂ ਇੱਕ ਆਈਡੀ ਜਿਹੜੀ ਹੈ ਉਹ ਲੈ ਕੇ ਚੱਲਦਾ ਹਾਂ ਉਹ ਸਭ ਤੋਂ ਪਹਿਲੇ ਮੈਂ ਤੁਸੀ ਧਿਆਨ ਦੇਣਾ ਇੱਥੇ ਦਿੱਤਾ ਹੈ ਸਟੂਡੈਂਟ ਕੋਟਾ ਸਟੂਡੈਂਟ ਕੋਟਾ ਦੇ ਵਿੱਚ ਸਭ ਤੋਂ ਪਹਿਲੇ ਅਗਰ ਤੁਸੀਂ ਸਭ ਤੋਂ ਪਹਿਲਾ ਕੰਮ ਹੈ ਜਦੋਂ ਇਹ ਤੁਸੀਂ ਵੈਬਸਾਈਟ ਖੋਲ ਲੈਨੇ ਹੋ ਮੈਨੇਜਮੈਂਟ ਕੋਟੇ ਤੇ ਨਹੀਂ ਕਿਸੇ ਨੇ ਕਲਿੱਕ ਕਰਨਾ ਮੈਨੇਜਮੈਂਟ ਕੋਟੇ ਤੇ ਦੇਖੋ ਕਲਿੱਕ ਕਰਨ ਨਾਲ ਕੀ ਹੋਏਗਾ ਜਦੋਂ ਹੀ ਮੈਂ ਮੈਨੇਜਮੈਂਟ ਕੋਟੇ ਤੇ ਕਲਿੱਕ ਕਰਾਂਗਾ ਤਾਂ ਇਹ ਪ੍ਰੋਸੈਸਿੰਗ ਆ ਜਾਏਗੀ ਉੱਥੇ ਲਿਖਿਆ ਆ ਜਾਏਗਾ ਵੀ ਇਹ ਮੈਨੇਜਮੈਂਟ ਕੋਟਾ ਸਟੂਡੈਂਟ ਵਾਸਤੇ ਇਹ ਜਿਹੜਾ ਪੋਰਟਲ ਨਹੀਂ ਹੈਗਾ ਉਹ ਮੈਂਸ਼ਨ ਕਰ ਦੇਗਾ ਉੱਤੇ ਵੀ ਮੈਨੇਜਮੈਂਟ ਵਾਸਤੇ ਨਹੀਂ ਹੈਗਾ ਇਹ ਤਾਂ ਨੇਚਰਲੀ ਗੱਲ ਹੈ ਮੰਡੇਟਰੀ ਹੋ ਜਾਊਗਾ ਸਾਰਿਆਂ ਲਈ ਨੌਨ ਜਿਹੜੇ ਐ ਮੈਨੇਜਮੈਂਟ ਕੋਟੇ ਦੇ ਵਿੱਚ ਹੀ ਸਾਰੇ ਇਸ ਨੂੰ ਭਰਨਗੇ ਮੈਨੇਜਮੈਂਟ ਕੋਟੇ ਦੇ ਵਾਸਤੇ ਜਿਹੜਾ ਹੈਗਾ ਇਹ ਐਕਟਿਵ ਨਹੀਂ ਹੋਏਗਾ ਧਿਆਨ ਦੇਖੋ ਧਿਆਨ ਨਾਲ ਉੱਤੇ ਲਿਖਿਆ ਆ ਗਿਆ ਐ ਮੈਨੇਜਮੈਂਟ ਕੋਟਾ ਸਟੂਡੈਂਟਸ ਆਰ ਨਾਟ ਐਲੀਜੀਬਲ ਫਾਰ ਥਿਸ ਪੋਰਟਲ ਇਟ ਮੀਨਸ ਇਸ ਨੂੰ ਕਲੋਜ਼ ਕਰ ਦਾਂਗੇ ਜਿੰਨੀ ਦੇਰ ਅਸੀਂ ਕਲੋਜ਼ ਨਹੀਂ ਕਰਦੇ ਅਸੀਂ ਅਗਲੇ ਸਟੈਪ ਵੱਲ ਨਹੀਂ ਵਧ ਸਕਦੇ ਮੈਨੇਜਮੈਂਟ ਕੋਟੇ ਦੀ ਜਗ੍ਹਾ ਤੇ ਹੁਣ ਮੈਂ ਨਾਨ ਮੈਨੇਜਮੈਂਟ ਕੋਟਾ ਕਰ ਦਾਂਗਾ ਦੇਖੋ ਮੈਨੇਜਮੈਂਟ ਕੋਟਾ ਹੋਣ ਤੇ ਹੋਏਗਾ ਕਿ ਮੇਰੀ ਆਦਤ ਹੈ ਮੈਂ ਉਹ ਚੀਜ਼ਾਂ ਜ਼ਰੂਰ ਦੱਸਦਾ ਹਾਂ ਜਿਹੜੀਆਂ ਆਮ ਤੌਰ ਤੇ ਨਹੀਂ ਦੱਸੀਆਂ ਜਾਂਦੀਆਂ ਆ ਦੇਖੋ ਇੱਥੇ ਮੈਂ ਕਲਿੱਕ ਕਰ ਰਿਹਾ ਇੱਥੇ ਕੁਝ ਵੀ ਨਹੀਂ ਹੋ ਰਿਹਾ ਆਧਾਰ ਨੰਬਰ ਭਰਨਾ ਮੈਂ ਆਧਾਰ ਨੰਬਰ ਹਾਈਲਾਈਟ ਹੀ ਨਹੀਂ ਹੋ ਰਿਹਾ ਚੱਲ ਹੀ ਨਹੀਂ ਰਿਹਾ ਮਤਲਬ ਹੈ ਕਿਉਂ ਨਹੀਂ ਚੱਲ ਰਿਹਾ ਕਿਉਂਕਿ ਕਰਸਰ ਇੱਥੇ ਆ ਹੀ ਨਹੀਂ ਰਿਹਾ ਕਿਉਂਕਿ ਉੱਤੇ ਮੈਨੇਜਮੈਂਟ ਕੋਟਾ ਜਿਹੜਾ ਸਿਲੈਕਟ ਹੋ ਚੁੱਕਿਆ ਤੁਸੀਂ ਨਾਨ ਮੈਨੇਜਮੈਂਟ ਕੋਟੇ ਨੂੰ ਸਿਲੈਕਟ ਕਰਨਾ ਜਿਦਾਂ ਤੁਸੀਂ ਨਾਨ ਮੈਨੇਜਮੈਂਟ ਕੋਟੇ ਨੂੰ ਸਿਲੈਕਟ ਕਰੋਗੇ ਦੇਖੋ ਇਹ ਹੁਣ ਤੁਹਾਡਾ ਕਰਸਰ ਜਿਹੜਾ ਆਧਾਰ ਨੰਬਰ ਵਾਲੇ ਵਿੱਚ ਬਲਿੰਕ ਕਰ ਰਿਹਾ ਧਿਆਨ ਨਾਲ ਦੇਖੋ ਇੱਥੇ ਇਹ ਆ ਚੁੱਕਿਆ ਹੈ ਹੁਣ ਤੁਸੀਂ ਕੋਈ ਵੀ ਇੱਕ ਆਧਾਰ ਨੰਬਰ ਜਿਹੜਾ ਮੈਂ ਲੈਣ ਜਾ ਰਿਹਾ ਕਿਸੇ ਵੀ ਆਧਾਰ ਨੰਬਰ ਨੂੰ ਮੈਂ ਬੇਸ ਬਣਾ ਕੇ ਇਸ ਫਾਰਮ ਨੂੰ ਜਿਹੜਾ ਹੈ ਉਹ ਭਰਨ ਜਾ ਰਿਹਾ ਉਹ ਮੇਰੇ ਕੋਲ ਆਧਾਰ ਨੰਬਰ ਜਿਹੜਾ ਹੈਗਾ मैं इतने फिल कराँगा तो उस जो अगला स्टैप है जोड़ा उसको ऑप्ट करा ये मेरे को है डबल नाइन जो मैं यूज़ करने जा रहा फाइव वन डबल नाइन फाइव वन एट जीरो जीरो एट जीरो वन फाइव जीरो वन फाइव जीरो, जीरो थ्री सिक्स ये देखो डिजिट पूरे हो जाएंगे ਤੇ ਜਿਨ੍ਹਾਂ ਕੱਟ ਰਹਿਣਗੇ ਤੇ ਇੱਥੇ ਇਹਨੇ ਰੈੱਡ ਰਹਿਣਾ ਅਦਰਵਾਈਜ਼ ਇਹ ਹੁਣ ਦੇਖਣਾ ਇਹ ਮਤਲਬ ਗ੍ਰੀਨ ਹੋ ਜਾਏਗਾ ਧਿਆਨ ਦੇਣਾ ਅਗਰ ਤੁਹਾਡਾ ਸਹੀ ਤੁਸੀਂ ਭਰਤਾ ਤਾਂ ਸਮਝ ਲਓ ਇਹ ਗ੍ਰੀਨ ਹੋ ਜਾਏਗਾ ਅਗਰ ਗਲਤ ਹੈਗਾ ਤੇ ਗ੍ਰੀਨ ਨਹੀਂ ਹੋਏਗਾ ਅਗਲਾ ਵਰਚੁਅਲ ਆਈਡੀ ਤੁਸੀਂ ਇਹ ਖਾਲੀ ਛੱਡ ਦੇਣੀ ਹੈ ਇਹ ਜਿਨ੍ਹਾਂ ਨੇ ਨਵਾਂ ਬਣਾਇਆ ਹੁੰਦਾ ਉਹਨਾਂ ਲਈ ਹੈਗਾ ਅੱਗੇ ਡੇਟ ਆਫ ਬਰਥ ਹੈ ਜਿਹੜੀ ਅਗਰ ਉਹ ਸਹੀ ਭਰੋਗੇ ਤੁਸੀਂ ਫੇਰ ਹੀ ਇਹ ਅੱਗੇ ਸਹੀ ਚੱਲੇਗਾ ਨਹੀਂ ਤਾਂ ਇਹਨੇ ਸਹੀ ਨਹੀਂ ਚੱਲਣਾ ਡੇਟ ਆਫ ਬਰਥ ਹੈ ਜਿਹੜੀ ਮੇਰੇ ਕੋਲ ਉਸੇ ਵੀ ਹੈਗੀ ਆ 24 ਕੋਈ ਵੀ ਵੈਸੇ ਮੈਂ ਭਰ ਸਕਦਾ ਲੇਕਿਨ ਜਿਹੜਾ ਆਧਾਰ ਨੰਬਰ ਮੈਂ ਭਰ ਰਿਹਾ ਉਹਦੇ ਨਾਲ ਡਾਟਾ ਜਿਹੜਾ ਮੈਚ ਕਰਨਾ ਚਾਹੀਦਾ ਆਦਰਵਾਇਸ ਤੁਹਾਡੀ ਜਿਹੜੀ ਹੈ ਅਗਰ ਉਹ ਮਿਸਮੈਚਿੰਗ ਹੈਗੀ ਤਾਂ ਅੱਗੇ ਦੇਖ ਲਿਓ ਹੁਣੇ ਜਵਾਬ ਦੇ ਦੇਗਾ ਵੀ ਇਹ ਸਹੀ ਨਹੀਂ ਹੈਗਾ ਤਾਂ ਇੱਥੇ ਜਿਹੜਾ ਮੈਂ ਹੁਣ ਭਰ ਰਿਹਾ ਉਹ ਹੈ 2000 04 ਹੁਣ ਨੇਮ ਹੈ ਜਿਹੜਾ ਮੈਂ ਇੱਥੇ ਭਰਾਂਗਾ ਇੱਕ ਸਟੂਡੈਂਟ ਮੈਂ ਲੈ ਕੇ ਚੱਲਿਆ ਹੋਇਆ ਹਾਂ ਵੀ ਆਪਣੇ ਮੈਂ ਟੀਚਰ ਹੈਗਾ ਤਾਂ ਮੈਂ ਆਪਣੇ ਸਟੂਡੈਂਟ ਲਈ ਅਪਲਾਈ ਕਰ ਸਕਦਾ ਹਾਂ ਇਹਨਾਂ ਜ਼ਰੂਰ ਹੈਗਾ ਕੁਝ ਚੀਜ਼ਾਂ ਜਿਹੜੀਆਂ ਸੀਕ੍ਰੈਸੀ ਵਾਲੀਆਂ ਹੁੰਦੀਆਂ ਉਹਨੂੰ ਮੈਂ ਬਾਅਦ ਚ ਬਦਲ ਦਿਆਂਗਾ ਅਗਰ ਮੈਨੂੰ ਕੋਈ ਇਹੋ ਜਿਹਾ ਇਸ਼ੂ ਹੁੰਦਾ ਵੀ ਤਾਂ ਫਰਸਟ ਨੇਮ ਹੈ ਜਿਹੜਾ ਸਟੂਡੈਂਟ ਦਾ ਅਗਰ ਕਿਸੇ ਦਾ ਵੀ ਫਰਸਟ ਨੇਮ ਇਨ ਸਟਾਰਟਿੰਗ ਜਿੱਥੋਂ ਹੁੰਦੀ ਹੈ ਅਗਰ ਕੌਰ ਨਾਲ ਕਿਸੇ ਦੀ ਹੁੰਦੀ ਤਾਂ ਉਹਦਾ ਫਰਸਟ ਨੇਮ ਕੌਰ ਹੈ ਲੇਕਿਨ ਆਪਣੇ ਐਵੇਂ ਨਹੀਂ ਹੈਗਾ ਮੋਸਟਲੀ ਇਹ ਸਾਰੇ ਦਾ ਸਾਰਾ ਹੈਗਾ ਆਪਣਾ ਸਟਾਰਟਿੰਗ ਜਿਵੇਂ ਇੱਥੇ ਅਮਨਦੀਪ ਹੈ ਅਲਕਾ ਹੈ ਮੈਂ ਇੱਥੇ ਭਰ ਕੇ ਦੇਖਿਆ ਹੁਣ ਜਿਹੜਾ ਮੈਂ ਭਰਨ ਜਾ ਰਿਹਾ ਸਟੂਡੈਂਟ ਦਾ ਜਿਹੜਾ ਨਾਮ ਹੈਗਾ ਉਹ ਮੇਰੇ ਕੋਲ ਹੈ ਮਨਦੀਪ ਕੌਰ ਮਨਦੀਪ ਹੁੰਦਾ ਫਰਸਟ ਪਾਰਟ ਹੋ ਗਿਆ ਤੇ ਜਿਹੜਾ ਹੈ ਮਿਡਲ ਨੇਮ ਜਾਂ ਲਾਸਟ ਨੇਮ ਹੈ ਜਿਹੜਾ ਮਨਦੀਪ ਕੌਰ ਹੈ ਤਾਂ ਮੈਂ ਲਾਸਟ ਵਾਲੇ ਚ ਕੌਰ ਭਰ ਦਾਂ ਛੋਟੇ ਕਰਿਓ ਅੱਖਰ ਵੱਡੇ ਹੋਣ ਕੋਈ ਫਰਕ ਨਹੀਂ ਪੈਂਦਾ ਇਹ ਕੈਪਸਲੇਟਰੀ ਚੱਕਦਾ ਪਿਆ ਤੁਸੀਂ ਚਾਏ ਪਰ ਕੀਬੋਰਡ ਹੈ ਜਿਹੜਾ ਅੱਗੇ ਜੈਂਡਰ ਕੀ ਹੈਗਾ ਇਹ ਕੁਝ ਕਾਮਨ ਜੀਆਂ ਗੱਲਾਂ ਇਹ ਤੁਹਾਨੂੰ ਵੈਸੇ ਆਉਣੀਆਂ ਵੀ ਚਾਹੀਦੀਆਂ ਇਹ ਇੰਨੇ ਕੋਈ ਗੱਲ ਹੈ ਨਹੀਂ ਦੱਸਣ ਵਾਲੀ ਤੇ ਜਦੋਂ ਮੈਂ ਇਹਦੇ ਤੇ ਕਲਿੱਕ ਕੀਤਾ ਤੁਸੀਂ ਦੇਖੋ ਇਹ ਮੈਂ ਹੁਣ ਕੁਝ ਕਾਲਮ ਸੀ ਜਿਹੜੇ ਉੱਪਰ ਤੇ ਜਿਹੜੇ ਮੰਡੇਟਰੀ ਜਿੰਨਾ ਤੇ ਵੀ ਰੈੱਡ ਸਟਾਰ ਲੱਗਿਆ ਉਹ ਭਰਨੇ ਜ਼ਰੂਰੀ ਹੈ ਠੀਕ ਹੈ ਗ੍ਰੀਨ ਹੋ ਗਿਆ ਤੁਹਾਡਾ ਥੱਲੇ ਉਹ ਡਿਟੇਲ ਵੀ ਆ ਜੂਗੀ ਕਾਰਡ ਦੀ ਆਈ ਐਗਰੀਡ ਐਂਡ ਪ੍ਰਸੀਡ ਅਗਲਾ ਸਟੈਪ ਕੀ ਹੈ ਤੁਸੀਂ ਇਹਦੇ ਤੇ ਕਲਿੱਕ ਜ਼ਰੂਰ ਕਰਨਾ ਆਈ ਐਗਰੀ ਐਂਡ ਪ੍ਰੋਸੀਡ ਮੈਂ ਇਹਦੇ ਤੇ ਕਲਿੱਕ ਕੀਤਾ ਹੁਣ ਦੇਖਦੇ ਆਂ ਆਈ ਐਗਰੀਡ ਐਂਡ ਪ੍ਰੋਸੀਡ ਪ੍ਰੋਸੈਸ ਲੰਬਾ ਹੈ 노 ਡਾਊਟ ਵੀਡੀਓ ਲੰਬੀ ਜਾਏਗੀ ਲੇਕਿਨ ਫਿਰ ਵੀ ਆਪਾਂ ਸਿੱਖਣਾ ਹੈ ਇਸ ਨੂੰ ਤਾਂ ਫਿਰ ਦੇਖੋ ਟਾਈਮ ਤਾਂ ਦੇਣਾ ਹੀ ਪਊਗਾ ਅੱਗੇ ਦੇਖੋ ਤੁਸੀਂ ਜੇ ਕਿਸੇ ਦਾ ਡਾਟਾ ਗਲਤ ਹੋਇਆ ਨਾ ਮੰਨ ਲਓ ਸਹੀ ਨਾਂ ਹੋਇਆ ਤਾਂ ਆਹ ਆਪਸ਼ਨ ਆਉਣੀ ਨਹੀਂ ਨੀਚੇ ਵਾਲੀ ਸੇਵ ਅਬੋਵ ਡਿਟੇਲ ਐਂਡ ਰਜਿਸਟਰ ਏ ਹੁਣ ਡਾਟਾ ਸਹੀ ਹੈ ਜਿਹੜਾ ਪਉਤੇ ਆਧਾਰ ਕਾਰਡ ਭਰਿਆ ਹੈ ਉਹਦਾ ਨਾਮ ਸਟੂਡੈਂਟ ਦਾ ਭਰਿਆ ਹੈ ਉਹ ਸਾਰਾ ਕੁਝ ਸਹੀ ਹੈ ਇਟ ਮੀਨਸ ਓਕੇ ਹੈ ਕੰਮ ਆਪਾਂ ਇਸ ਤੇ ਅੱਗੇ ਤੁਰ ਸਕਦੇ ਹਾਂ ਅਗਰ ਤੁਹਾਡੇ ਇੱਥੇ ਕਲਿੱਕ ਕਰਨ ਤੇ ਕੁਝ ਨਹੀਂ ਆਉਂਦਾ ਤਾਂ ਇੱਥੇ ਮੈਸੇਜ ਆ ਜਾਏਗਾ ਵੀ ਕੋਈ ਸਮਥਿੰਗ ਰੋਂਗ ਹੈਗਾ ਮਤਲਬ ਇਹ ਆਪਸ਼ਨ ਆ ਤੁਹਾਡੇ ਕੋਲ ਸ਼ੋ ਹੀ ਨਹੀਂ ਹੋਏਗਾ ਸ਼ੋ ਅਬੋਵ ਡਿਟੇਲ ਐਂਡ ਰਜਿਸਟਰਡ ਮੀ ਇਹ ਸ਼ੋਅ ਹੀ ਨਹੀਂ ਹੋਣਾ ਅਗਰ ਕਿਸੇ ਦਾ ਡਾਟਾ ਗਲਤ ਹੈ ਤਾਂ ਸਟੂਡੈਂਟ ਉੱਥੇ ਮੰਨ ਲਿਓ ਵੀ ਤੁਹਾਡੇ ਆਧਾਰ ਕਾਰਡ ਦਾ ਜਾਂ ਤੁਸੀਂ ਨੰਬਰ ਗਲਤ ਭਰ ਬੈਠੇ ਜਾਂ ਤੁਹਾਡਾ ਡਾਟਾ ਜਿਹੜਾ ਉਹ ਮਿਸਮੈਚ ਹੈਗਾ ਉਹਨਾਂ ਕੋਲੇ ਹੋਰ ਹੈ ਤੁਸੀਂ ਕੁਝ ਹੋਰ ਜਿਹੜਾ ਇੱਥੇ ਭਰ ਰਹੇ ਹੋ ਹੁਣ ਆਪਣੇ ਕੋਲ ਕੀ ਹੈ ਵੈਸੇ ਤਾਂ ਕਿਉਂਕਿ ਆਧਾਰ ਨੰਬਰ ਆਪਾਂ ਭਰਿਆ ਇੱਕ ਨਾਮ ਜ਼ਰੂਰ ਜਦੋਂ ਤੁਸੀਂ ਭਰਦੇ ਹੋ ਤਾਂ ਮਨਦੀਪ ਦੀ ਜਗ੍ਹਾ ਤੇ ਕੋਈ ਸਪੈਲਿੰਗ ਗਲਤ ਭਰਤੇ ਤੁਸੀਂ ਕੁਝ ਹੋਰ ਸੋਚੀ ਬੈਠੇ ਹੋ ਆਧਾਰ ਕਾਰਡ ਤੁਸੀਂ ਹੋਰ ਰੱਖੇ ਤਾਂ ਉੱਥੇ ਮਿਸਮੈਚ ਹੋ ਸਕਦਾ ਲੇਕਿਨ ਉਸ ਤੋਂ ਬਾਅਦ ਕੀ ਹੈ ਫਾਦਰ ਨੇਮ ਫਾਦਰ ਨੇਮ ਤੁਸੀਂ ਇੱਥੇ ਮਤਲਬ ਨੇਚਰਲੀ ਗੱਲ ਆਪਾਂ ਸਾਰਾ ਡਾਟਾ ਜਿਹੜਾ ਇਸ ਬੱਚੇ ਦਾ ਭਰ ਰਹੇ ਆ ਤਾਂ ਫਾਦਰ ਨੇਮ ਜਿਹੜਾ ਹੈਗਾ ਉਹ ਲਖਵੀਰ ਸਿੰਘ ਜਿਹੜਾ ਉਹ ਮੈਂ ਭਰ ਦਿੰਨਾ ਕਿਉਂਕਿ ਕੈਪਸਿਲੇਟਰੀ ਚੱਕਣੇ ਨੇ ਲਖਵੀਰ ਸਿੰਘ ਇੱਕ ਸਟੂਡੈਂਟ ਦਾ ਸਮਝ ਲਓ ਮੈਂ ਅਪਲਾਈ ਕਰ ਰਿਹਾ ਨਾਲ ਮਦਰ ਨੇਮ ਜ਼ਰੂਰੀ ਹੈ ਪਰਮਜੀਤ ਕੌਰ ਪਰਮਜੀਤ ਕੌਰ ਮਦਰ ਨੇਮ ਦਾ ਭਰਨਾ ਜ਼ਰੂਰੀ ਹੈ ਅੱਛੀ ਗੱਲ ਹੈ ਮਦਰ ਦਾ ਨੇਮ ਵੀ ਆਉਣਾ ਚਾਹੀਦਾ ਉਸ ਤੋਂ ਬਾਅਦ ਰਿਲੀਜੀਅਨ ਕੀ ਹੈ ਤੁਹਾਡਾ ਐਕਚੁਅਲੀ ਗੱਲ ਹੈ ਕੌਰ ਹੈ ਤਾਂ ਸਿੱਖਿਜ਼ਮ ਹੈ ਐਸੀ ਬੱਚੇ ਹੈ ਹਿੰਦੂ ਹੈਗਾ ਤਾਂ ਉਹ ਹਿੰਦੂ ਚੂਸ ਕਰ ਲੇਗਾ ਜਿੰਦੇ ਚ ਵੀ ਤੁਸੀਂ ਕੈਟਾਗਰੀ ਰਿਲੀਜੀਅਨ ਦੇ ਵਿੱਚ ਤੁਸੀਂ ਆਉਣੇ ਹੋ ਕੈਟਾਗਰੀ ਤੁਹਾਡੀ ਕੀ ਹੈਗੀ ਐ ਐਸਸੀ ਹੋ ਕੇ ਬੀਸੀ ਹੋ ਐਸਸੀ ਸਟੂਡੈਂਟ ਹੈ ਇਹ ਆਪਾਂ ਐਸਸੀ ਕਰ ਦੇਾਂਗੇ ਉਸ ਤੋਂ ਬਾਅਦ ਆ ਜਰੂਰ ਧਿਆਨ ਰੱਖਿਓ ਡੀਈ ਨੋਟੀਫਾਈਡ ਹੈ ਜਿਹੜਾ ਇਹ ਆਪਣੇ ਸਾਰਾ ਜਿਹੜਾ ਹੈਗਾ ਨੋ ਹੈਗਾ ਡੀ ਡੀਈ ਨੋਟੀਫਾਈਡ ਟ్రਾਈਬ ਆਪਣੇ ਨਹੀਂ ਹੈਗਾ ਇਹ ਸਾਰਿਆਂ ਨੇ ਨੋ ਹੀ ਕਰਨਾ ਹੈ ਇੱਥੇ ਮੋਬਾਈਲ ਨੰਬਰ ਹੈ ਚਲੋ ਫਾਰ ਦਾ ਟਾਈਮ ਵੀਂ ਮੈਂ ਆਪਣਾ ਮੋਬਾਈਲ ਨੰਬਰ ਹੈ ਜਿਹੜਾ ਉਹ ਇੱਥੇ ਅਦਰਵਾਈਜ਼ ਤੁਸੀਂ ਆਪਣਾ ਨੰਬਰ ਭਰਨਾ ਹੈ ਇੱਕ ਵਾਰੀ ਮੈਂ ਆਪਣਾ ਨੰਬਰ ਜਿਹੜਾ ਇੱਥੇ ਭਰਨ ਜਾ ਰਿਹਾ ਕਿਉਂਕਿ ਮੇਰਾ ਨੰਬਰ ਪਬਲਿਕ ਹੋ ਜਾਏਗਾ ਕੋਈ ਮੈਨੂੰ ਇਸ਼ੂ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਹੁਣ ਕੀ ਹੈ ਐ ਅੱਪਰ ਬਾਅਦ ਚ ਦੇਖਾਂਗੇ ਇੱਥੇ ਈਮੇਲ ਵੀ ਮੰਡੇਟਰੀ ਨਹੀਂ ਕੀਤਾ ਹੋਇਆ ਲੇਕਿਨ ਮੈਂ ਪਹਿਲੇ ਇੱਕ ਟਰਾਈ ਕੀਤੀ ਸੀ ਥੋੜੀ ਜਿਹੀ ਅੰਦਰ ਚ ਪ੍ਰੋਬਲਮ ਆਈ ਸੀ ਈਮੇਲ ਆਈਡੀ ਮੈਂ ਨਹੀਂ ਭਰੀ ਸੀ ਅਡਰੈਸ ਹੈਗਾ ਜਿਹੜਾ ਅਡਰੈਸ ਦੇ ਵਿੱਚ ਮੰਨ ਲਓ ਮੈਂ ਇੱਥੇ ਭਰ ਦਿੰਨਾ ਜੋ ਵੀ ਅਡਰੈਸ ਹੈ ਮੈਂ ਭਰਦਾ ਟਾਈਮ ਬੀਂਗ ਕਿਉਂਕਿ ਮੈਂ ਮੋਡੀਫਾਈ ਕਰ ਸਕਦਾ ਇਹਨੂੰ ਮੈਂ ਜਦੋਂ ਮਰਜ਼ੀ ਚੇਂਜ ਕਰ ਸਕਦਾ ਇੱਕ ਵਾਰੀ ਮੈਂ ਅਡਰੈਸ ਹੈ ਜਿਹੜਾ ਸਿਰਫ ਮਲੋਟ ਇੱਥੇ ਲਿਖ ਦਿੰਨਾ ਮਲੋਟ ਲਿਖਤਾ ਡਿਸਟ੍ਰਿਕਟ ਨੈਚੁਰਲੀ ਗੱਲ ਹੈ ਮੈਨੂੰ ਚੂਜ਼ ਕਰਨਾ ਪਏਗਾ ਥੱਲੇ ਲਿਸਟ ਦਿੱਤੀ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਇੱਕ ਪਾਸੇ ਹੀ ਕਰਨਾ ਦੂਜਾ ਨਹੀਂ ਕਰਨਾ ਤੁਸੀਂ ਕਿਸੇ ਨੇ ਵੀ ਇੱਕ ਸਾਈਡ ਤੇ ਕਰ ਦੇ ਲੋ ਪਿੰਨ ਕੋਡ ਤੁਹਾਨੂੰ ਪਤਾ ਹੋਣਾ ਚਾਹੀਦਾ ਮਲੋੜ ਦਾ 152107 ਇਹ ਛੋਟੀਆਂ ਛੋਟੀਆਂ ਗੱਲਾਂ ਐ ਵੈਸੇ ਦੱਸਣੀਆਂ ਨਹੀਂ ਚਾਹੀਦੀਆਂ ਕਿਉਂਕਿ ਭਰਿਆ ਹੀ ਹੋਇਆ ਤੁਸੀਂ ਇੰਨੇ ਤਾਂ ਸਾਰੇ ਪੜ੍ਹੇ ਲਿਖੇ ਹੈਗੇ ਹੋ ਵੀ ਇਹਨੂੰ ਇਸਟ ਇਸੀ ਤੇ ਆਪਾਂ ਜ਼ਿਆਦਾ ਟਾਈਮ ਨਾ ਵੀ ਲਾਈਏ ਲੇਕਿਨ ਜੇਦੋਂ ਹੁਣ ਆਪਾਂ ਸਮਝਾਣ ਹੀ ਲੱਗੇ ਤੇ ਜੇ ਸੇਮ ਐਜ਼ ਅਗਰ ਤਾਂ ਡਿਫਰੈਂਟ ਹੈਗਾ ਤਾਂ ਠੀਕ ਐ ਆਦਰਵਾਇਜ਼ ਚੈੱਕ ਬਾਕਸ ਦੇ ਵਿੱਚ ਤੁਸੀਂ ਇਹ ਬਲੈਕ ਜਿਹੜਾ ਕਰ ਦੇਣਾ ਉਹ ਉਹੀ ਕਾਲਮ ਜਿਹੜੇ ਆਟੋਮੈਟਿਕਲੀ ਇਧਰ ਭਰੇ ਜਾਣਗੇ ਉਸ ਤੋਂ ਬਾਅਦ ਕੀ ਹੈਗਾ ਇੱਥੇ ਇੱਕ ਕੈਪਚਾ ਦਿੱਤਾ ਹੋਇਆ ਹੈ ਇਹ ਸਭ ਤੋਂ ਜ਼ਿਆਦਾ ਤੰਗ ਕਰਦਾ ਹੁੰਦਾ ਵੈਸੇ ਕਲੀਅਰ ਹੈ ਅੱਖਰ ਕੋਈ ਇੰਨੇ ਜ਼ੀਰੋ ਤੇ ਓ ਦੇ ਵਿੱਚ ਜ਼ਰੂਰ ਭੁਲੇਖਾ ਪੈਂਦਾ ਹੈ ਇਹ ਕਲੀਅਰ ਦੀ ਗੱਲ ਲੱਗ ਰਹੀ ਹੈ ਵੀ ਇਹ ਜ਼ੀਰੋ ਹੈਗੀ ਹੈ ਉਹ ਜਿਹੜੀ ਬਿਲਕੁਲ ਗੋਲ ਹੋਏਗੀ ਆਪਾਂ ਸਾਰੇ ਜਾਣਨੇ ਆ ਆਪਾਂ ਭਰ ਕੇ ਦੇਖ ਲੈਨੇ ਬਾਅਦ ਤੋਂ ਆਪ ਨੂੰ ਜਵਾਬ ਮਿਲ ਜਾਏਗਾ ਵੀ ਇਹ ਗਲਤ ਹੈ ਆਪਾਂ ਨੂੰ ਚੇਂਜ ਵੀ ਕਰ ਸਕਦੇ ਜੇ ਤੁਹਾਨੂੰ ਨਹੀਂ ਸਮਝ ਲੱਗਦੀ ਤੇ ਇੱਕੋ ਤੁਸੀਂ ਚੇਂਜ ਵੀ ਕਰ ਸਕਦੇ ਜਿੱਥੇ ਦੋ ਐਰੋ ਲੱਗੀਆਂ ਇਹ ਬਦਲ ਜੇਗਾ ਚਲੋ ਜੇ ਮੈਂ ਮੇਰੀ ਆਦਤ ਹੈ ਮੈਂ ਥੁਰਿਆ ਨਹੀਂ ਜਾਂਦਾ ਮੈਂ ਟਰਾਈ ਕਰ ਵੀ ਦਿਨਾ ਦੇਖੋ 20 ਨਾਲ ਸ਼ੁਰੂ ਹੋਇਆ ਮੈਂ ਨੂੰ ਬਦਲਤਾ ਹੁਣ ਪੰਗਾ ਤਾਂ ਲੈ ਲਿਆ ਆਪਾਂ ਬਦਲ ਕੇ ਹੁਣ ਬਦਲ ਗਿਆ ਇਹ ਹੁਣ ਆਪਾਂ ਦੇਖ ਰਹੇ ਪਹਿਲੀ ਜਿਹੜੀ ਹੈ ਛੋਟੀ ਓ ਆ ਗਈ ਹਨਾ ਛੋਟੀ ਓ ਹੈਗੀ ਆ ਇਹ ਇਵੇਂ ਪੜਨਾ ਜਿਵੇਂ ਜਿਵੇਂ ਹੈਗਾ ਮੰਨ ਲਓ ਸਮਾਲ ਓ ਹੈਗੀ ਆ ਨਿੰਨ ਨੂੰ ਮੈਂ ਕੋਈ ਮਿਨੀਮਾਈਜ਼ ਕਰ ਲੈਣਾ ਕਿਉਂਕਿ ਦੇਖਣਾ ਜ਼ਰੂਰੀ ਹੈ স্মਾਲ o ਇਹ ਉਸੇ ਤਰ੍ਹਾਂ ਇੱਕ ਉਹ ਤੁਹਾਡਾ ਕੀਬੋਰਡ ਹੈ ਨਾਲ ਨਾਲ ਸਹੀ ਕਰਦੇ ਜਾਣਾ ਨਾਲ ਤੁਸੀਂ ਭਰਨੀ ਹੈ 0 ਹੈ ਉਸ ਤੋਂ ਬਾਅਦ 0 ਹੈ ਫਰਕ ਤੁਸੀਂ ਦੇਖ ਲਓ ਉੱਤੇ 0 ਦਾ ਕੀ ਹੈ ਵੱਡੀ a ਉਸ ਤੋਂ ਬਾਅਦ ਵੱਡੀ o ਹੈ ਉਸ ਤੋਂ ਬਾਅਦ ਛੋਟੀ o ਹੈ ਉਸ ਤੋਂ ਬਾਅਦ g ਹੈ ਉਸ ਤੋਂ ਬਾਅਦ y ਹੈ ਮੇਰਾ ਖਿਆਲ ਆਪਾਂ ਗਲਤ ਤਾਂ ਨਹੀਂ ਭਰਿਆ ਹਨਾ ਸਹੀ ਹੈਗਾ ਇਹ ਹੁਣ ਦੇਖਦੇ ਆਪਾਂ ਨੂੰ ਕੀ ਕਹਿੰਦਾ ਮੈਨੂੰ ਲੱਗਦਾ ਇੱਕ ਜਗ੍ਹਾ ਉਹਨੇ ਕਿਹਾ ਸੀ ਕਿ ਜਿਹੜਾ ਹੈ ਤੁਹਾਡਾ ਫੁਲਾਨਾ ਜਿਹੜਾ ਸ਼ੀਜ਼ ਉਹ ਖਾਲੀ ਪਈ ਆ ਦੇਖੋ ਉੱਪਰ ਆ ਗਿਆ ਕਹਿੰਦਾ ਪਲੀਜ਼ ਵੈਲਿਡ ਈਮੇਲ ਐਡਰੈਸ ਉਹਨਾਂ ਨੇ ਮੈਂਡੈਟਰੀ ਤਾਂ ਨਹੀਂ ਕੀਤਾ ਪਰ ਉਹ ਕਹਿੰਦਾ ਪਰੋ ਪਰ ਨਾ ਪਏਗਾ ਹੁਣ ਆਪਾਂ ਨੂੰ ਈਮੇਲ ਐਡਰੈਸ ਤੁਸੀਂ ਕੋਸ਼ਿਸ਼ ਕਰੋ ਜੇ ਬੱਚਿਆਂ ਦਾ ਤੁਹਾਡਾ ਆਪਦਾ ਹੈਗਾ ਤਾਂ ਬਹੁਤ ਵਧੀਆ ਗੱਲ ਹੈ ਕੋਵਿਡ ਦੇ ਦੌਰਾਨ ਆਪਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲ ਚੁੱਕਿਆ ਹੈ ਹੋ ਸਕਦਾ ਬੜੇ ਸਟੂਡੈਂਟਸ ਨੇ ਆਪ ਦਾ ਈਮੇਲ ਆਈਡੀ ਬਣਾ ਰੱਖੀ ਹੋਵੇ ਬਣਾਓ ਵੀ ਅਗਰ ਨਹੀਂ ਬਣਾਈ ਤਾਂ ਲੇਕਿਨ ਇੱਕ ਕਰੀ ਮੈਂ ਇੱਥੇ ਆਪਣੀ ਜਿਹੜੀ ਆਈਡੀ ਭਰ ਰਿਹਾ ਗੁਰਲਾਲ ਐਮ ਐਲਟੀ @gmail.com Gmail ਇਹ ਪਰ ਨਹੀਂ ਜ਼ਰੂਰੀ ਹੈ ਮੰਡੇਟਰੀ ਕਰ ਦਿੱਤੀ ਗਈ ਹੈ ਇਸ ਲਈ ਈਮੇਲ ਆਈਡੀ ਦਾ ਹੋਣਾ ਜ਼ਰੂਰੀ ਹੈ ਹੁਣ ਆਪਾਂ ਕਲਿੱਕ ਕਰਦੇ ਹੁਣ ਕੀ ਹੁੰਦਾ ਹੁਣ ਦੇਖਦੇ ਹੁਣ ਚੱਲ ਪਿਆ ਆ ਦੇਖੋ ਹੁਣ ਧਿਆਨ ਦਿਓ ਤੁਸੀਂ ਰਜਿਸਟਰਡ ਹੋ ਚੁੱਕੇ ਹੋ ਰਜਿਸਟ੍ਰੇਸ਼ਨ ਤੁਹਾਡੀ ਹੋ ਗਈ ਹੈ ਇਹਦਾ ਮੈਂ ਸਕਰੀਨਸ਼ਾਟ ਵੀ ਲੈ ਲੈਣਾ ਮੈਨੂੰ ਵੀ ਲੋਡ ਪੈ ਸਕਦੀ ਹੈ ਧਿਆਨ ਦਿਓ ਯੂਜ਼ਰ ਆਈਡੀ ਇਹ ਜਿਹੜੀ ਇਹ ਤੁਹਾਡੇ ਕੋਲ ਡਿਜੀਟਸ ਹੋਣਗੇ ਕੋਈ ਅਲਫਾਬੈਟ ਨਹੀਂ ਹੋਏਗਾ ਇਹਦੇ ਵਿੱਚ ਇੰਗਲਿਸ਼ ਦਾ ਕੋਈ ਵੀ ਅੱਖਰ ਨਹੀਂ ਹੋਏਗਾ ਐ ਮੋਸਟਲੀ 6th ਡਿਜੀਟ ਦੀ ਜਿਹੜੀ ਯੂਜ਼ਰ ਆਈਡੀ ਆ ਰਹੀ ਹੈ 6th ਦੀ ਆ ਰਹੀ ਹੈ ਲੇਕਿਨ ਮੈਂ ਹੁਣ ਤੱਕ ਜਿੰਨੇ ਚੈੱਕ ਕੀਤੇ 6th ਦੀ ਹੋਈ ਹੈ ਲੇਕਿਨ ਇਸ ਚੱਕਰ 'ਚ ਨਹੀਂ ਪੈਣਾ ਵੀ ਸਰ ਨੇ ਕਿਹਾ ਸੀ 6 ਦੀ ਹੋਣੀ ਚਾਹੀਦੀ 6 ਦੀ ਹੈ ਹਾਂ ਪਾਸਵਰਡ ਜ਼ਰੂਰ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਪਹਿਲਾ ਅੱਖਰ ਵੱਡਾ ਹੋਊਗਾ ਪਾਸਵਰਡ ਦਾ ਪਹਿਲੇ 4 ਅੱਖਰ ਇੰਗਲਿਸ਼ ਵਾਲੇ ਹੋਣਗੇ ਅਲਫਾਬੈਟ ਹੋਣਗੇ ਤੇ ਪਹਿਲਾ ਅੱਖਰ ਹਮੇਸ਼ਾ ਵੱਡਾ ਹੋਏਗਾ ਠੀਕ ਹੈ ਇਹ ਕਨਫਿਊਜ਼ ਹੋ ਜਾਂਦੇ ਯਾਰ ਐਸ ਛੋਟੀ ਪੌਣੀ ਕਿ ਵੱਡੀ ਪੌਣੀ ਮਤਲਬ ਪਹਿਲਾ ਅੱਖਰ ਜਦੋਂ ਪਾਸਵਰਡ ਦਾ ਪਾਉਂ ਤੁਸੀਂ ਵੱਡਾ ਹੀ ਪਾਉਣਾ ਹੈ ਕੈਪਸ ਲੈਟਰ ਹੀ ਪਾਉਣਾ ਹੈ ਐਸ ਦੂਜਾ ਜਿਹੜਾ ਹੈਗਾ ਬਾਕੀ ਤਿੰਨੋਂ ਸਮਾਲ ਹੋਣਗੇ ਬਸ ਪਹਿਲਾ ਵੱਡਾ ਹੋਊਗਾ ਤਿੰਨੋਂ ਲੈਟਰ ਜਿਹੜੇ ਸਮਾਲ ਹੋਣਗੇ ਦੂਸਰਾ ਸਮਾਲ ਹੋ ਗਿਆ ਅੱਗੇ ਗੱਲ ਜਿਹੜੀ ਧਿਆਨ ਦੇਣ ਵਾਲੀ ਹੈ ਇਹ ਮੈਂ ਤਾਂ ਦੱਸ ਰਿਹਾ ਹਾਂ ਪਾਸਵਰਡ ਯਾਦ ਰੱਖੋਗੇ ਤਾਂ ਬਹੁਤ ਵਧੀਆ ਗੱਲ ਹੈ ਲੇਕਿਨ ਯਾਦ ਰੱਖਣ ਦਾ ਤਰੀਕਾ ਦੱਸ ਰਿਹਾ ਮੈਂ ਤੁਹਾਨੂੰ ਜਿਹੜੇ ਚਾਰ ਇੰਗਲਿਸ਼ ਦੇ ਅੱਖਰਾਂ ਦੇ ਵਿੱਚੋਂ ਪਿਛਲੇ ਦੋ ਅੱਖਰ ਨਾ ਬਿਲਕੁਲ ਸੇਮ ਹੋਣਗੇ ਜਿਵੇਂ ਇੱਥੇ ਯੂ ਯੂ ਹੈ ਕਿਸੇ ਦਾ ਐਨ ਐਨ ਹੋ ਸਕਦਾ ਹੈ ਅਗਰ ਤੀਜਾ ਐਨ ਹੈ ਤਾਂ ਚੌਥਾ ਵੀ ਐਨ ਹੋਊਗਾ ਤੀਜਾ ਯੂ ਹੈ ਤਾਂ ਚੌਥਾ ਵੀ ਯੂ ਹੋਊਗਾ ਤੀਜਾ ਵੀ ਹੈ ਤਾਂ ਚੌਥਾ ਵੀ ਵੀ ਹੋਊਗਾ ਅੱਗੇ ਸਟਾਰ ਜ਼ਰੂਰ ਲੱਗਿਆ ਹੋਊਗਾ 101% 101 ਕੀ ਮਤਲਬ ਮੰਡੇਟਰੀ ਹੈ ਸਟਾਰ ਹੀ ਲੱਗਿਆ ਹੋਊਗਾ ਤੇ ਅਗਲੇ ਤਿੰਨ ਅੱਖਰ ਜਿਹੜੇ ਆ ਕੁਦਰਤੀ ਹੋ ਗਿਆ ਇੱਥੇ ਤਿੰਨੇ ਪਾਜੇ ਆਏ ਨਾ ਸੋਚ ਲਿਓ ਅਗਲੇ ਤਿੰਨੇ ਖਰੀਕੋ ਜੇ ਹੋਣਗੇ ਇਹ ਬਦਲ ਵੀ ਸਕਦੇ ਆ ਸਟਾਰ ਤੋਂ ਬਾਅਦ ਤਿੰਨ ਡਿਜੀਟ ਮੈਥੈਮੈਟੀਕਲੀ ਹੋਣਗੇ ਇਹਨੂੰ ਤੁਸੀਂ ਸਕਰੀਨਸ਼ਾਟ ਜਾਂ ਨਾਲ ਦੀ ਨਾਲ ਆਪਣੇ ਪੇਜ ਦੇ ਉੱਪਰ ਕਿਤੇ ਨੋਟ ਕਰ ਲੈਣਾ ਹੁਣ ਅਗਰ ਆਪਾਂ ਇਹਨੂੰ ਨੋਟ ਨਾ ਕਰਾਂਗੇ ਤਾਂ ਆਪਾਂ ਨੂੰ ਲੌਗਇਨ ਕਰਨ ਦੇ ਵਿੱਚ ਪ੍ਰੋਬਲਮ ਆਊਗੀ 360 604 ਤਾਂ ਮੈਂ ਨੂੰ ਯਾਦ ਰੱਖਣ ਵਾਸਤੇ ਮੈਂ ਕਿਉਂਕਿ ਹੁਣ ਸਕਰੀਨਸ਼ਾਟ ਲਿਆ ਮੈਨੂੰ ਪਿੱਛੇ ਜਾ ਕੇ ਦੇਖਣਾ ਪਊਗਾ ਮੈਂ ਯਾਦ ਰੱਖ ਲੈ ਮੂੰਹ ਜਬਾਨੀ 360 600 4 ਤੇ ਅੱਗੇ ਮੈਂ ਆਰਦੇ ਢੰਗ ਨਾਲ ਮੈਨੂੰ ਤਰੀਕਾ ਆ ਗਿਆ ਯਾਦ ਰੱਖਣ ਦਾ ਉਹ ਮੈਂ ਰੱਖ ਲਿਆ ਸਮਝ ਲਓ ਮੈਂ ਭੁੱਲਾਂਗਾ ਨਹੀਂ 360 604 ਹੈ ਜਿਹੜਾ ਇਹ ਜ਼ਰੂਰ ਮੈਨੂੰ 360 604 ਇਹਨੂੰ ਮੈਂ ਇਸ ਤੋਂ ਬਾਅਦ ਤੁਸੀਂ ਇਹ ਤੁਹਾਨੂੰ ਯੂਜ਼ਰ ਆਈਡੀ ਤੇ ਪਾਸਵਰਡ ਤੁਹਾਡਾ ਪੱਕਾ ਹੋ ਗਿਆ ਇਹਨੂੰ ਕਿਤੇ ਨੋਟ ਕਰ ਲੈਣਾ ਇਹ ਜਦੋਂ ਵੀ ਤੁਸੀਂ ਲੌਗਇਨ ਕਰਨਾ ਹੈ ਚਾਹੇ ਤੁਸੀਂ ਹੁਣ ਛੱਡ ਦਿਓਗੇ ਇੱਥੇ ਤਾਂ ਵੀ ਅਗਲੀ ਵਾਰ ਤੁਸੀਂ ਜਦੋਂ ਆਓਗੇ ਉੱਥੇ ਲੌਗਇਨ ਦੀ ਆਪਸ਼ਨ ਸੀ ਜਿਹੜੀ ਸਟਾਰਟਿੰਗ 'ਚ ਆਪਾਂ ਦੇਖੀ ਸੀ ਹੁਣ ਮੈਂ ਇੱਕ ਵਾਰੀ ਵਾਪਿਸ ਉੱਥੇ ਨਹੀਂ ਜਾ ਸਕਦਾ ਉਹ ਲੌਗਇਨ ਤੇ ਕਲਿੱਕ ਕਰਕੇ ਫਿਰ ਤੁਸੀਂ ਇਹ ਭਰ ਕੇ ਫਾਰਵਰਡਲੀ ਅੱਗੇ ਤੁਸੀਂ ਆਪ ਦਾ ਐਪਲੀਕੇਸ਼ਨ ਜਿਹੜੀ ਹੈ ਸਾਰਾ ਫਾਰਮ ਹੈ ਕੰਪਲੀਟ ਕਰ ਸਕਦੇ ਹੋ ਸੋ ਇੱਥੋਂ ਤੱਕ ਅਗਰ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਆ ਤਾਂ ਸਮਝ ਲਓ ਤੁਸੀਂ ਆਪਣੇ ਆਪ ਨੂੰ ਰਜਿਸਟਰਡ ਕਰਾ ਚੁੱਕੇ ਹੋ ਡਾਕਟਰ ਅੰਬੇਦਕਰ ਪੋਰਟਲ ਦੇ ਉੱਪਰ ਉਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਤੁਸੀਂ ਗੋ ਟੂ ਅਗਰ ਤੁਸੀਂ ਕੰਟੀਨਿਊਸਲੀ ਇਹਨੂੰ ਚੱਲਦੇ ਜਾਂਦੇ ਹੋ ਬੈਠ ਕੇ ਇੱਕ ਵਾਰੀ ਭਰਨ ਬੈਠ ਗਏ ਤਾਂ ਫਿਰ ਇੱਥੇ ਹੀ ਕਰ ਦੇਣਾ ਗੋ ਟੂ ਸਕਾਲਰਸ਼ਿਪ ਪੋਰਟਲ ਐਂਡ ਲੌਗ ਇਨ